हाँ जी, फतेहगढ़ साहब का सैकेंड पार्ट। तो अपन 25 तरीक नूं ही शाम नूं उत्थे बाबा जी के दर्शन होए। इन्हां नूं तुसीं जानदे ही होवोंगे। तो इन्हां दे पिछे बहुत ज़्यादा इकट्ठ सीगा, संगतां सीगियां जिहड़ियां उत्थे इन्हां दे पिछे आईयां सीगियां। ते ये बाबा जी 3 दिन उत्थे रहे ते प्रचार किया। हाँ जी, वो सीगा रात का क्लिप। तो आप हुण 26 तरीक वाले दिन सवेरे सवेरे उठे ते आप सब तो पहला ठंड ज़्यादा होने करके लंगर च गए, चाह पीती। ते उस तो बाद आपां जाना सीगा गुरद्वारा ज्योति स्वरूप, उत्थे जाके अपने पहला इशनान करना सी। हाँ जी, अज 26 तरीक। तो अज आप हुण सुबह सुबह जा रहे हैं पहला गुरद्वारा ज्योति स्वरूप, उत्थे आप इशनान करन जा रहे हैंगे। तो तुसीं वेख सकते हो सुबह सुबह ही इन्नियां ज़्यादा संगतां वा जिहड़ियां ने उठियां होईयां ने ते इत्थे दर्शन करन लई जा रहे हैगे। तो आप भी हुण पहला इत्थे गुरद्वारा ज्योति स्वरूप जावांगे ते इत्थे इशनान करन तो बाद इत्थों दे दर्शन करांगे। तो हुण थोनू नाल नाल इत्थों दा जिहड़ा इतिहास आ उह थोनू दस दईए वी जिहड़ा इह ज्योति स्वरूप गुरद्वारा साहिब आ, इत्थे छोटे साहिबजादे ते जिहड़े उहनां दे माता जी सीगे, दादी जी माता गुजरी जी, ते उहनां तिन्नां नूं इत्थे संस्कार कीता गया सी उहनां दा। ते जदों उहनां ने नीहां 'च चिणाए सीगे ते उस तों बाद उहनां दे ज्योति जोत समाउण तों बाद ते जदों दादी जी भी ज्योति जोत समा गए ते उहनां तिन्नां दा जिहड़ा देहां दा संस्कार सीगा ਉਹ ਇਸ ਜਗ੍ਹਾ 'ਤੇ ਕੀਤਾ ਸੀ, ਇੱਥੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ। ਇੱਥੇ ਗ੍ਰੰਥ ਸਾਹਿਬ ਜਿੱਥੇ ਰੱਖੇ ਹੋਏ ਨੇ ਅਤੇ ਉਸ ਜਗ੍ਹਾ ਉਹਨਾਂ ਦਾ ਸੰਸਕਾਰ ਹੋਇਆ ਸੀ। ਅਤੇ ਜਿਹੜਾ ਸੰਸਕਾਰ ਦੀ ਜਗ੍ਹਾ ਗੀ ਉਹ ਇਸ ਉਸ ਵੇਲੇ ਜਦੋਂ ਉਹਨਾਂ ਦਾ ਰਾਜ ਸੀਗਾ ਤਾਂ ਕਰਕੇ ਜਿਹੜਾ ਉਸ ਵੇਲੇ ਦੀਵਾਨ ਟੋਡਰਮੱਲ ਸੀਗਾ ਉਹਨਾਂ ਦਾ ਜਹਾਜ਼ਾਂ ਦਾ ਕਾਰੋਬਾਰ ਚੱਲਦਾ ਸੀਗਾ, ਮਤਲਬ ਕਾਫੀ ਅਮੀਰ ਸੀਗੇ ਉਹ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਥੇ ਥਾਂ ਮੰਗੀ ਤਾਂ ਕਿ ਇਹਨਾਂ ਦਾ ਸੰਸਕਾਰ ਕਰ ਸਕਣ। ਅਤੇ ਉਹਨਾਂ ਨੇ ਜਦੋਂ ਥਾਂ ਮੰਗੀ ਤਾਂ ਉਦੋਂ ਹਕੂਮਤਾਂ ਨੇ ਕੀ ਕਿਹਾ ਕਿ ਇੱਥੇ ਸੋਨੇ ਦੀਆਂ ਖੜਵੀਆਂ ਮੋਹਰਾਂ ਰੱਖੋ ਜਿੰਨੀ ਕੁ ਤੁਹਾਨੂੰ ਥਾਂ ਚਾਹੀਦੀ ਆ। ਅਤੇ ਫਿਰ ਉਹਨੇ ਕੀ ਕੀਤਾ, ਆਪਣਾ ਸਾਰੇ ਜਿੰਨੇ ਵੀ ਉਸ ਕੋਲ ਪੈਸੇ ਸੀ ਆਪਣਾ ਘਰ ਬਾਰ ਸਭ ਕੁਛ ਵੇਚ ਕੇ ਅਤੇ ਉਸਨੇ ਖੜਵੀਆਂ ਮੋਹਰਾਂ ਇੱਥੇ ਰੱਖੀਆਂ ਸੋਨੇ ਦੀਆਂ ਅਤੇ ਉਨੀ ਕੁ ਥਾਂ ਖਰੀਦੀ ਅਤੇ ਉਸ ਥਾਂ ਉਹਨੂੰ ਦਿੱਤੀ ਅਤੇ ਉਸ ਥਾਂ ਦੇ ਵਿੱਚ ਉਹਨੇ ਫਿਰ ਦੇਹਾਂ ਦਾ ਸੰਸਕਾਰ ਕੀਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ। ਅਤੇ ਉਸੇ ਜਗ੍ਹਾ 'ਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ, ਤੁਸੀਂ ਅੱਗੇ ਜਾ ਕੇ ਇੱਥੇ ਲਿਖਿਆ ਵੀ ਹੋਇਆ ਇਸ ਨੂੰ ਧਿਆਨ ਨਾਲ ਪੜ੍ਹ ਸਕਦੇ ਹੋ। ਹੁਣ ਤੁਸੀਂ ਪਹਿਲਾਂ ਇੱਥੋਂ ਦੇ ਦਰਸ਼ਨ ਕਰ ਲਓ ਜੀ, ਫਿਰ ਆਪਾਂ ਅੱਗੇ ਬਾਰੇ ਗੱਲ ਕਰਦੇ ਹਾਂ। ਹਾਂਜੀ, ਆਪਾਂ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਬਾਹਰ ਆ ਗਏ ਹਾਂ ਅਤੇ ਹੁਣ ਆਪਾਂ ਇੱਥੋਂ ਚੱਲ ਰਹੇ ਹਾਂ ਅਤੇ ਅੱਗੇ ਨੂੰ। ਅਤੇ ਹੁਣ ਆਪਾਂ ਅੱਗੇ ਜਾ ਕੇ ਦੂਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਅਤੇ ਹੁਣ ਆਪਾਂ ਇੱਥੋਂ ਤੁਹਾਨੂੰ ਪਤਾ ਹੀ ਆ ਵੀ 1.5-2 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਨੇ, ਜਿਹੜੇ 3 ਗੁਰਦੁਆਰਾ ਸਾਹਿਬ ਨੇ। ਅਤੇ ਆਪਾਂ ਹੁਣ ਜਾ ਰਹੇ ਹਾਂਗੇ ਪਹਿਲਾਂ ਗੁਰਦੁਆਰਾ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਨਾਲ ਹੀ ਜਿਹੜਾ ਉਹਨਾਂ ਦੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਜੀ ਨੇ, ਅਤੇ ਆਪਾਂ ਉੱਥੇ ਜਾ ਰਹੇ ਹਾਂ। ਅਤੇ ਨਾਲ ਹੀ ਤੁਸੀਂ ਦੇਖੋ, ਮਤਲਬ ਆਪਾਂ ਸੁਬਹਾ ਸੁਬਹਾ ਤੁਰੇ ਸੀ ਤਾਂ ਕਿ ਮੱਥਾ ਟੇਕਣ 'ਚ ਜ਼ਿਆਦਾ ਟਾਈਮ ਨਾ ਲੱਗੇ, ਕਿਉਂਕਿ ਜੇ ਆਪਾਂ ਡੇ ਦੇ ਟਾਈਮ ਜਾਂਦੇ ਹਾਂ ਆਪਾਂ ਲੇਟ ਜਾਂਦੇ ਹਾਂ ਤਾਂ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਗਾ।
ਵੈਸੇ ਵੀ ਹੁਣ ਵੀ ਸਾਨੂੰ ਮਤਲਬ ਆਪਾਂ ਸੁਬਹਾ ਗਏ ਸੀ ਜਲਦੀ, ਫਿਰ ਵੀ 4-5 ਘੰਟੇ ਲੱਗ ਹੀ ਜਾਂਦੇ ਆ ਮੱਥਾ ਟੇਕਣ ਦੇ ਵਿੱਚ, ਕਿਉਂਕਿ ਸੰਗਤਾਂ ਬਹੁਤ ਪਹੁੰਚਦੀਆਂ ਨੇ ਉੱਥੇ। ਅਤੇ ਹੁਣ ਤੁਸੀਂ ਦੇਖ ਲਓ ਆਲੇ ਦੁਆਲੇ ਬਾਜ਼ਾਰ ਹੈ ਜੀ, ਅਤੇ ਉੱਥੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਆਪਾਂ ਸਿੱਧਾ ਸਿੱਧਾ ਜਾਂਦੇ ਹਾਂ, ਜਦੋਂ ਅੱਗੇ ਜਾ ਕੇ ਆਪਾਂ ਨੇ ਲੈਫਟ ਹੋਣਾ ਅਤੇ ਆਪਾਂ ਲੈਫਟ ਹੋ ਕੇ ਜਦੋਂ ਅੱਗੇ ਜਾਵਾਂਗੇ ਅਤੇ ਆਪਾਂ ਨੂੰ ਇੱਦਾਂ ਦਾ ਇੱਕ ਜਿੱਦਾਂ ਹੁਣ ਤੁਹਾਨੂੰ ਵਿਊ ਦਿਸ ਰਿਹਾ ਇੱਦਾਂ ਮਿਲੂਗਾ। ਅਤੇ ਆਪਾਂ ਇਸ ਗੇਟ ਤੋਂ ਆਪਣੇ ਅੰਦਰ ਵੱਲ ਜਾਣਾ, ਮਤਲਬ ਰਾਈਟ ਮੁੜਾਂਗੇ ਆਪਾਂ ਇੱਥੋਂ ਜਾ ਕੇ। ਆਲੇ ਦੁਆਲੇ ਬਹੁਤ ਜ਼ਿਆਦਾ ਲੰਗਰ ਨੇ, ਅਤੇ ਬਾਕੀ ਤੁਹਾਨੂੰ ਦੱਸ ਦਈਏ ਵੀ ਲੰਗਰਾਂ ਦੀ ਗਿਣਤੀ ਕਰਨੀ ਬਹੁਤ ਔਖੀ ਆ, ਕਿਉਂਕਿ ਜਿੰਨੇ ਵੀ ਏਰੀਏ ਦੇ ਵਿੱਚ ਮੇਲਾ ਹੁੰਦਾ ਗਾ ਪੂਰੇ ਫਤਿਹਗੜ੍ਹ ਸਾਹਿਬ ਆਲਮੋਸਟ ਘਿਰਿਆ ਹੁੰਦਾ ਜੀ ਮੇਲੇ ਦੇ ਵਿੱਚ। ਅਤੇ ਇੱਥੋਂ ਆਪਾਂ ਹੁਣ ਅੰਦਰ ਵੱਲ ਨੂੰ ਮੁੜਦੇ ਹਾਂ ਅਤੇ ਆਪਾਂ ਜਾਵਾਂਗੇ ਹੁਣ ਦੂਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ। ਅਤੇ ਆਪਾਂ ਚਲੋ ਅੱਗੇ ਆਪਾਂ ਹੁਣ ਦੇਖਦੇ ਹਾਂ, ਇੱਥੇ ਵੇਖੋ ਸਿਕਿਉਰਿਟੀ ਲਈ ਪੁਲਿਸ ਵਾਲੇ ਨੂੰ ਇਹਦੇ ਉੱਪਰ ਖੜ੍ਹੇ ਨੇ ਜੀ ਉਹ ਧਿਆਨ ਰੱਖਣ ਲਈ। ਅਤੇ ਆਪਾਂ ਅੱਗੇ ਜਾਂਦੇ ਹਾਂ, ਹੁਣ ਆਪਾਂ ਜਾਵਾਂ ਸਾਹਮਣੇ ਜਿੱਥੇ ਹੁਣ ਆਪਾਂ ਜਾ ਰਹੇ ਹਾਂ, ਅੰਦਰ ਨੂੰ ਐਂਟਰ ਹੋਏ ਹਾਂ। ਆਪਾਂ ਜਮ੍ਹਾਂ ਸਾਹਮਣੇ ਦੇਖਾਂਗੇ ਧਿਆਨ ਨਾਲ, ਹੁਣ ਧੁੰਦ ਜ਼ਿਆਦਾ ਗੀ ਅਤੇ ਜਮ੍ਹਾਂ ਜਦੋਂ ਸਾਹਮਣੇ ਦੇਖਾਂਗੇ ਅਤੇ ਸਭ ਜਮ੍ਹਾਂ ਸਾਹਮਣੇ ਠੰਡਾ ਬੁਰਜ ਹੈ ਜੀ। ਅਤੇ ਆਪਾਂ ਜਦੋਂ ਜਾਂਦੇ ਟਾਈਮ ਠੰਡੇ ਬੁਰਜ ਵੱਲ ਜਾਂਦੇ ਟਾਈਮ ਲੈਫਟ ਸਾਈਡ ਦੇਖਾਂਗੇ ਤਾਂ ਉਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਆ ਜਿਹੜਾ ਉਹਨਾਂ ਦੇ ਨਾਮ 'ਤੇ ਆ। ਅਤੇ ਉੱਥੇ ਹੀ ਜਿਹੜਾ ਭੋਰਾ ਸਾਹਿਬ ਆ ਜਿੱਥੇ ਉਹਨਾਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ ਜੀ। ਅਤੇ ਆਪਾਂ ਹੁਣ ਅੱਗੇ ਜਾ ਕੇ ਇਸ ਉਹਨਾਂ ਦੇ ਦਰਸ਼ਨ ਕਰਦੇ ਹਾਂ ਅਤੇ ਤੁਹਾਨੂੰ ਨਾਲ ਨਾਲ ਉੱਥੋਂ ਦਾ ਇਤਿਹਾਸ ਵੀ ਦੱਸਦੇ ਹਾਂ। ਅਤੇ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਉੱਧਰ ਨੂੰ ਜਾਂਦੇ ਵੱਲ ਹਾਫ ਜੇ 'ਚ ਜਦੋਂ ਆਪਾਂ ਲੈਫਟ ਨੂੰ ਮੁੜਾਂਗੇ ਤਾਂ ਆਪਾਂ ਨੂੰ ਗੁਰਦੁਆਰਾ ਸਾਹਿਬ, ਇਹ ਗੁਰਦੁਆਰਾ ਸਾਹਿਬ ਆ ਜੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ। ਅਤੇ ਇੱਥੇ ਦਾ ਇਤਿਹਾਸ ਕੀ ਹੈ ਜੀ ਪਹਿਲਾਂ ਤੁਹਾਨੂੰ ਉਹ ਦੱਸ ਦਈਏ। ਹੁਣ ਆਪਾਂ ਪਹਿਲਾਂ ਜਾਵਾਂਗੇ ਭੋਰੇ 'ਚ ਮੱਥਾ ਟੇਕਣ, ਅਤੇ ਇਸ ਗੁਰਦੁਆਰਾ ਸਾਹਿਬ ਦੇ ਨੀਚੇ ਇੱਕ ਭੋਰਾ ਬਣਿਆ ਹੋਇਆ ਗਾ ਅਤੇ ਨਾਲ ਨਾਲ ਤੁਹਾਨੂੰ ਜਿੰਨਾ ਕੁ ਹੋ ਸਕਿਆ ਦਰਸ਼ਨ ਕਰਾਵਾਂਗੇ, ਕਿਉਂਕਿ ਇੰਨੇ ਜ਼ਿਆਦਾ ਇਕੱਠ ਦੇ ਵਿੱਚ ਵੀਡੀਓ ਬਣਾਉਣ ਨਹੀਂ ਦਿੰਦੇ ਉਹ, ਵਾਰ ਵਾਰ ਜ਼ਿਆਦਾਤਰ ਕਹਿ ਦਿੰਦੇ ਆ ਕਿ ਫੋਨ ਬੰਦ ਕਰੋ ਜੀ, ਤਾਂ ਕਰਕੇ ਆਪਾਂ ਜਿੰਨਾ ਕੁ ਹੋਇਆ ਤੁਹਾਨੂੰ ਦਿਖਾਵਾਂਗੇ। ਅਤੇ ਤੁਸੀਂ ਹੁਣ ਜਦੋਂ ਆਪਾਂ ਇਸ ਗੁਰੂ ਘਰ ਦੇ ਆਪਾਂ ਬੈਕ ਸਾਈਡ ਤੋਂ ਐਂਟਰ ਹੋਏ ਹਾਂ ਅਤੇ ਆਪਾਂ ਹੁਣ ਇੱਥੇ ਲਾਈਨ 'ਚ ਲੱਗਾਂਗੇ ਜੀ ਸੰਗਤਾਂ, ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਇਕੱਠ ਆ। ਅਤੇ ਅੱਗੇ ਜਾ ਕੇ ਜਿੱਥੇ ਤੁਸੀਂ ਦੇਖ ਰਹੇ ਹੋ ਹੁਣ ਲੈਫਟ ਨੂੰ ਉਹ ਅੰਦਰ ਜਾ ਰਹੇ ਆ। ਇਕੱਠ ਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਸੰਗਤਾਂ। ਅਤੇ ਇੱਥੇ ਜਦੋਂ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਗੁਰੂ ਘਰ, ਇੱਥੇ ਦੋ ਨਿਸ਼ਾਨ ਸਾਹਿਬ ਨੇ, ਇੱਕ ਛੋਟਾ ਇੱਕ ਵੱਡਾ, ਇਹਦੀ ਡੈਫੀਨੇਸ਼ਨ ਤੁਸੀਂ ਆਪੇ ਜਾਣਦੇ ਹੋਵੋਗੇ ਉਹਨਾਂ ਦੀ ਉਮਰ ਦੇ ਅਕੋਰਡਿੰਗ, ਇੱਕ ਛੋਟਾ ਅਤੇ ਇੱਕ ਵੱਡਾ ਸਾਹਿਬਜ਼ਾਦਾ ਸੀ ਜਿਹੜਾ ਜਿਨ੍ਹਾਂ ਨੂੰ ਨੀਹਾਂ 'ਚ ਚਿਣਾਇਆ ਗਿਆ। ਅਤੇ ਆਪਾਂ ਅੱਗੇ ਜਾ ਕੇ ਹੁਣ ਆਪਾਂ ਇੱਥੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ, ਇੱਥੋਂ ਆਪਾਂ ਰਾਈਟ ਵੱਲ ਮੁੜ ਕੇ ਆਪਾਂ ਭੋਰੇ ਦੇ ਵਿੱਚ ਐਂਟਰ ਕਰਾਂਗੇ ਜੀ। ਅਤੇ ਹੁਣ ਤੁਹਾਨੂੰ ਅੱਗੇ ਚੱਲਦੇ ਹਾਂ, ਇਹ ਆ ਜਿਹੜਾ ਇਹ ਫਰੰਟ ਸਾਈਡ ਹੈਗੀ, ਇਹ ਰੋਡ ਵੱਲ ਆ ਜਾਂਦੀ ਹੈਗੀ ਮੇਨ ਹਾਈਵੇ 'ਤੇ। ਅਤੇ ਆਪਾਂ ਇੱਥੋਂ ਐਂਟਰ ਹੋਵਾਂਗੇ ਹੁਣ ਭੋਰਾ ਸਾਹਿਬ ਦੇ ਵਿੱਚ। ਹਾਂਜੀ, ਅਤੇ ਇੱਥੇ ਇਹ ਭੋਰਾ ਗਾ ਅਤੇ ਆਪਾਂ ਭੋਰੇ ਦੇ ਵਿੱਚ ਹੁਣ ਜਾ ਰਹੇ ਹਾਂਗੇ। ਅਤੇ ਇਹ ਭੋਰੇ ਦਾ ਜਿਹੜਾ ਇਤਿਹਾਸ ਆ ਉਹ ਇਹ ਹੈ ਵੀ ਜਿੱਥੇ ਇਸ ਦੇ ਨੀਚੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਇਸ ਟਾਈਮ 'ਤੇ, ਉਸ ਜਗ੍ਹਾ 'ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ ਜੀ ਜਿੰਦਾ। ਅਤੇ ਇੱਥੇ ਲਿਖਿਆ ਵੀ ਹੋਇਆ, ਤੁਸੀਂ ਧਿਆਨ ਨਾਲ ਪੜ੍ਹ ਸਕਦੇ ਹੋ। ਅਤੇ ਉੱਥੇ ਆਪਾਂ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ, ਪਰ ਉੱਥੋਂ ਦਾ ਜਿਹੜਾ ਇਤਿਹਾਸ ਸੀ ਉਹ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਜਿੰਨਾ ਕੁ ਕਲਿੱਪ ਰੈਡੀ ਹੋਇਆ ਉਨਾ ਕੁ ਤੁਹਾਨੂੰ ਅਸੀਂ ਦੱਸ ਹੀ ਦਿੱਤਾ। ਅਤੇ ਇੱਥੇ ਜੀ ਆਪਾਂ ਜੇ ਕਈ ਵਾਰ ਆਪਾਂ ਜਾਂਦੇ ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ, ਇੱਥੇ ਲਿਖਿਆ ਹੋਇਆ ਜੀ ਇਤਿਹਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਅਤੇ ਫਤਿਹਗੜ੍ਹ ਸਾਹਿਬ ਦਾ ਨਾਮ ਤੁਹਾਨੂੰ ਪਤਾ ਹੀ ਆ ਵੀ ਸਰਹੰਦ ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਫਤਿਹ, ਫਤਿਹ ਸਿੰਘ ਉਹਨਾਂ ਕਰਕੇ ਇਹ ਨਾਮ ਰੱਖਿਆ ਸੀ ਜੀ। ਹੁਣ ਆਪਾਂ ਉਹੀ ਭੋਰਾ ਸਾਹਿਬ ਦੇ ਵਿੱਚੋਂ ਦਰਸ਼ਨ ਕਰਨ ਉਪਰੰਤ ਆਪਾਂ ਉਸ ਦੇ ਗੁਰਦੁਆਰਾ ਸਾਹਿਬ ਦੇ ਫਰੰਟ ਵੱਲ ਦੀ ਆਏ ਹਾਂ। ਅਤੇ ਇੱਥੇ ਲਿਖਿਆ ਹੋਇਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਅਤੇ ਇਹ ਉਹਨਾਂ ਨੂੰ ਜਿਹੜਾ ਗੁਰਦੁਆਰਾ ਸਮਰਪਿਤ, ਮਤਲਬ ਗੁਰਦੁਆਰਾ ਉਹਨਾਂ ਦੇ ਨਾਮ 'ਤੇ ਆ ਜੀ। ਅਤੇ ਆਪਾਂ ਇੱਥੇ ਇਤਿਹਾਸ ਲਿਖਿਆ ਹੋਇਆ ਗਾ, ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਉੱਥੇ ਜਾ ਕੇ ਤਾਂ ਪੜ੍ਹ ਸਕਦੇ ਹੋ। ਅਤੇ ਫਿਰ ਆਪਾਂ ਹੁਣ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਏ ਅਤੇ ਇੱਥੇ ਜਾ ਕੇ ਆਪਾਂ ਨੇ ਦਰਸ਼ਨ ਕੀਤੇ।
ਤੇ ਚਲੋ ਤੁਸੀਂ ਦਰਸ਼ਨ ਕਰ ਲਓ। ਤੇ ਇੱਥੇ ਕਿਹਾ ਜਾਂਦਾ ਕਿ ਇਹ ਗੁਰਦੁਆਰਾ ਜਿੱਥੇ ਇਹਦੇ ਵਿੱਚ ਘੋੜਾ ਬਣਾਇਆ ਹੋਇਆ ਗਿਆ, ਜਿੱਥੇ ਉਹਨਾਂ ਨੂੰ ਨੀਹਾਂ 'ਚ ਚਿਣਾਏ ਸੀ, ਇਹੀ ਗੁਰਦੁਆਰਾ ਸੀਗਾ, ਇਹੀ ਜਗ੍ਹਾ ਸੀ ਉਹ ਜਿੱਥੇ ਉਹਨਾਂ ਦੀ ਕਚਹਿਰੀ ਲੱਗਦੀ ਸੀਗੀ। ਅਤੇ ਇੱਥੇ ਹੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਉਹਨਾਂ ਜ਼ਾਲਮਾਂ ਵੱਲੋਂ, ਛੋਟੇ ਛੋਟੇ ਬੱਚਿਆਂ ਨੂੰ। ਅਤੇ ਇੱਥੋਂ ਆਪਾਂ ਪਹਿਲਾਂ ਤੁਸੀਂ ਦਰਸ਼ਨ ਕਰ ਲਓ, ਫਿਰ ਆਪਾਂ ਚੱਲ ਦੇਵਾਂਗੇ ਠੰਡੇ ਬੁਰਜ ਵੱਲ, ਗੁਰਦੁਆਰਾ ਠੰਡਾ ਬੁਰਜ, ਅਤੇ ਆਪਾਂ ਉੱਥੋਂ ਦਾ ਇਤਿਹਾਸ ਵੀ ਤੁਹਾਨੂੰ ਨਾਲ ਨਾਲ ਦੱਸਦੇ ਹਾਂ। ਪਹਿਲਾਂ ਤੁਸੀਂ ਇੱਥੋਂ ਦੇ ਦਰਸ਼ਨ ਕਰ ਲਓ ਜੀ। ਸੰਗਤਾਂ ਬਹੁਤ ਜ਼ਿਆਦਾ ਦੂਰੋਂ ਨੇੜੋਂ ਆਉਂਦੇ ਨੇ ਜੀ ਦਰਸ਼ਨ ਕਰਨ ਲਈ। ਅਤੇ ਇੱਥੇ ਜਦੋਂ ਜਾਂਦੇ ਆਪਾਂ ਲੈਫਟ ਸਾਈਡ 'ਤੇ ਹੀ ਆਪਾਂ ਜਿਹੜਾ ਆਪਣੇ ਪ੍ਰਸ਼ਾਦ ਲਿਆ ਹੁੰਦਾ ਦੇਗ, ਪ੍ਰਸ਼ਾਦ ਉਹ ਆਪਾਂ ਇੱਥੇ ਚੜ੍ਹਾ ਸਕਦੇ ਹਾਂ ਜੀ। ਅਤੇ ਇਸ ਤੋਂ ਬਾਅਦ ਤੁਸੀਂ ਹੁਣ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਅੰਦਰ, ਅਤੇ ਆਪਾਂ ਤੁਹਾਨੂੰ ਅੱਗੇ ਫਿਰ ਗੱਲ ਕਰਦੇ ਜੀ। ਪਹਿਲਾਂ ਤੁਸੀਂ ਦਰਸ਼ਨ ਕਰ ਲਓ। ਹਾਂਜੀ, ਉਸ ਤੋਂ ਬਾਅਦ ਆਪਾਂ ਠੰਡੇ ਬੁਰਜ ਵੱਲ ਨੂੰ ਚੱਲ ਪਏ। ਅਤੇ ਸਾਹਮਣੇ ਠੰਡਾ ਬੁਰਜ ਲਿਖਿਆ ਹੋਇਆ ਜੀ, ਇਹ ਗੁਰਦੁਆਰਾ ਠੰਡਾ ਬੁਰਜ ਆ। ਅਤੇ ਆਪਾਂ ਹੁਣ ਇੱਥੋਂ ਦੇ ਦਰਸ਼ਨ ਕਰਦੇ ਹਾਂ।